सत्या जी, मैं थोड़ा प्रवीर गुरदास कैड़ा जी मीडिया तो। सो असं अज पिंड जस्सियां विच आए हैं जिथे कि तकरीबन खेड टूरनामेंट बैट बॉल का तकरीबन हो रहा है। बहुत वधिया ढंग दे नाल तकरीबन देख रहे हैं वख वख पिंडां दे विच जिथे आपां गल कर सकते हैं भी 2020 दे विच तकरीबन लॉकडाउन लग्या, लोगों को काफ़ी नर्वसनेस का सामना करना पड़ा। उस तो बाद तकरीबन काफ़ी लोग पीड़ित भी हुए बीमारी के नाल, कॉमन एंटी का दौर चलिया। पर 2021 ਦੇ ਵਿੱਚ ਸਰਕਾਰ ਨੇ ਕੁਝ ਮਾੜੀ ਮਾੜੀ ਰਹਿਤ ਦਿੱਤੀ ਹੈ, ਕੁਝ ਸ਼ਾਰਟ ਦਿੱਤੀ ਆ, ਉਹ ਸ਼ਾਰਟ ਫੰਕਸ਼ਨ ਜਿਹੜੇ ਨੇ ਧਾਰਮਿਕ ਸਮਾਗਮ ਹੋਰ ਬਹੁਤ ਸਾਰੇ ਫੰਕਸ਼ਨਾਂ ਨੂੰ ਛੂਟ ਮਿਲੀ ਆ। ਉੱਥੇ ਨਾਲ ਨਾਲ ਟੂਰਨਾਮੈਂਟਾਂ ਨੂੰ ਵੀ ਛੂਟ ਮਿਲੀ ਆ। ਟੂਰਨਾਮੈਂਟ ਵੱਖ ਵੱਖ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਹੋ ਰਹੇ ਨੇ, ਉਹਨਾਂ ਵਿੱਚ ਅੱਜ ਅਸੀਂ ਪਿੰਡ ਜੱਸੀਆਂ ਦੇ ਵਿੱਚ ਆਏ ਹਾਂ ਜਿੱਥੇ ਕਿ ਬਹੁਤ ਵਧੀਆ ਢੰਗ ਦੇ ਨਾਲ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਕਿ ਤਕਰੀਬਨ ਅੱਜ ਇਹ ਟੂਰਨਾਮੈਂਟ ਹੋ ਰਿਹਾ। ਇਸ ਟੂਰਨਾਮੈਂਟ ਦੇ ਵਿੱਚ ਆਪਾਂ ਦੇਖ ਸਕਦੇ ਹਾਂ, ਤੁਹਾਨੂੰ ਕੁਝ ਝਲਕੀਆਂ ਦਿਖਾ ਸਕਦੇ ਹਾਂ। ਬਹੁਤ ਸਾਰੇ ਜਿੱਥੇ ਕਿ ਪੈਂਚ ਸਰਪੈਂਚ ਕਾਉਂਸਲਰ ਬਹੁਤ ਸਾਰੇ ਸਾਖੇ ਦੇ ਪਹੁੰਚ ਰਹੇ ਨੇ, ਤਿਆਰ ਵਰ ਤਿਆਰ ਆ ਆ ਬੰਦੇ ਨੇ ਕਹਦੇ ਆ ਬੱਲੇ ਬੱਲੇ ਕਰਾਇਆ ਕੱਪਾ ਦੇ ਅੱਜ ਬੋਲਾ ਕਰਾਉਣ ਲਈ ਤਿਆਰ ਵਰ ਤਿਆਰ ਆ ਕਹਿੰਦੇ ਜੱਸੀ ਵਾਲੋ ਕਾਫੀ ਮਿੰਟ ਦੇ ਵਿੱਚ ਟੂਰਨਾਮੈਂਟ ਆ ਰਹੇ ਬਹੁਤ ਸਾਰੇ ਕਹਿੰਦੇ ਕਾਲਾ ਆ ਮੁੰਡਾ ਕਹਿੰਦੇ ਜੀਤ ਕਹਿੰਦੇ ਦੁਨੀਆ ਐਨ ਜੰਮੇ ਬਣਾਤਾ ਕਹਿੰਦੇ ਮੁੰਡਿਆ ਹਰਮਨ ਧੂਰੀ ਵਾਲੇ ਵਗਾ ਐਨ ਮੁੰਡਾ ਕਹਿੰਦੇ ਬੋਲਾ ਐਨ ਤਕੜਾ ਛੱਕੇ ਵਾਰਿਆ ਨੇ ਚੌਕੇ ਛੱਕੇ ਯਾਰ ਮੁੰਡੇ ਟਕਾਣੇ ਦੇ ਸਿੱਧੇ ਦੇਖਣ ਵਾਲੀ ਗੱਲ ਆ ਇਹ ਸਮੇਂ ਦੀਆਂ ਗੱਲਾਂ ਨੇ। ਬਾਕੀ ਕਹਿੰਦੇ ਦੇਖਣਾ ਆਵੇ ਕਿ ਕਿੰਨੇ ਰਹਿੰਦਾ ਕਿੰਨੇ ਕਿੰਨੇ ਰਹਿੰਦਾ ਦੇ ਕੀ ਆ। 11 ਖੇਡ ਟੂਰਨਾਮੈਂਟ 2 ਦਿਨ ਚੱਲੇਗਾ, ਇਹ 2 ਦਿਨ ਦਾ ਇਹ ਖੇਡ ਟੂਰਨਾਮੈਂਟ ਦਾ ਫੰਕਸ਼ਨ ਚੱਲਿਆ ਜਾਏਗਾ। ਇਹ ਤਾਂ ਦੇਖਦੇ ਆ ਵੀ ਪੀਟੀ ਸਾਰੇ ਤਕਰੀਬਨ ਹੋਰ ਆਣਾ ਜੀ ਸਰ ਆਪਣੇ ਵਧੀ ਢੰਗ ਨਾਲ ਭਾਜੀ ਲਿਖਿਆ ਹੋਇਆ ਉਹ ਕਿੱਥੇ ਆਪਣੇ ਲਿਖਿਆ ਹੋਇਆ 2 ਕਿੱਥੇ ਆ ਤੇ 4 ਕਿੱਥੇ ਆ ਕਦੇ ਕਦੇ ਆਪਾਂ ਦੇਖ ਸਕਦੇ ਆ। ਅੱਜ ਵੀ ਆਪਾਂ ਤੇ ਕਪਲਿੰਗ ਨੂੰ ਆਪਾਂ ਦੇਖ ਸਕਦੇ ਆ ਸਾਰਾ ਬਹੁਤ ਵਧੀ ਢੰਗ ਦੇ ਨਾਲ ਨੌਜਵਾਨ ਨਾਂ ਦਾ ਬਹੁਤ ਬੜਾ ਸ਼ਾਹ ਜਿਹੜੇ ਕਿ ਤਕਰੀਬਨ ਆਪਾਂ ਦੇਖ ਸਕਦੇ ਆ ਵੀ ਮਹਾਮਾਰੀ ਤੋਂ ਤਕਰੀਬਨ ਉਹ ਸਾਰੇ ਉੱਥੋਂ ਦੂਰ ਹੋ ਕੇ ਸਾਰਾ ਆਪਣੀ ਨੌਜਵਾਨੀ ਜਿੱਥੇ ਸਰਕਾਰ ਕਹਿ ਰਹੀ ਆ ਕਿ ਤਕਰੀਬਨ ਵੀ ਜੇ ਇਸ ਤੋਂ ਕੋਰੋਨਾ ਤੋਂ ਬਚ ਕੇ ਰਹੋ, ਇੱਕ ਨੌਜਵਾਨ ਆਪਣੀ ਸਿਹਤ ਵੀ ਕਾਇਮ ਰੱਖਣ ਵਾਸਤੇ ਔਰ ਆਪਣੇ ਖੇਡ ਟੂਰਨਾਮੈਂਟ ਥਾਂ ਥਾਂ ਹੋ ਰਹੇ ਆ ਆਪਾਂ ਇਹ ਚੀਜ਼ ਦੇਖ ਸਕਦੇ ਹਾਂ। ਦੀਪਕ ਜੀ ਉਸ ਵਿੱਚ ਅਸੀਂ ਨਾਲ ਦੀ ਨਾਲ ਇਸ ਇਲਾਕੇ ਦੇ ਪਿੰਡ ਸਰਪੰਚਾਂ ਨਾਲ ਵੀ ਗੱਲ ਕਰਾਂਗੇ। ਅੱਜ ਆਪਾਂ ਦੇਖ ਸਕਦੇ ਹਾਂ ਵੀ 9 10 11 ਜੁਲਾਈ ਜੱਸੀਆਂ ਪਿੰਡ ਵਿੱਚ ਜੋ ਕਿ ਖੇਡ ਟੂਰਨਾਮੈਂਟ ਬੈਟ ਬਾਲ ਦਾ ਤਕਰੀਬਨ ਹਲੋ ਲਾ ਜੀ ਮੁੰਡੇ ਨੇ ਤਕੜੀ ਬੋਲ ਪਾਈ ਤੇ ਆਨ ਕੋਟ ਜੱਸੀਆਂ ਵਾਲੇ ਪ੍ਰਬੰਧਕ ਕਮੇਟੀ ਦੇ ਅੱਗੇ ਵਿੱਚ ਆ ਜੀ ਮੇਰੇ ਵੀਰੇ ਦੀਪਕ ਜੀ ਪੱਟੇ ਪ੍ਰਮੋਟਰ ਅਜਰ ਸਰਦਾਰ ਸਾਹਿਬ ਜੀ ਤੇ ਹਰਦੀਪ ਸਿੰਘ ਜੀ ਚੀਮਾ ਉਹ ਵੀ ਕਹਿੰਦੇ ਅੱਜ ਖਿਡਾਰੀਆਂ ਦੇ ਨਾਲ ਇੰਟਰੋਡਕਸ਼ਨ ਕਰਦੇ ਹੋਏ ਤੇ ਆਸ਼ਰੀ ਦੇ ਤਿੰਨ ਪਹੁੰਚੇ ਨੇ ਤੇ ਨਾਲ ਬਾਬਾ ਜੀਤ ਪਾਲ ਸਿੰਘ ਜੀ ਉਹਨਾਂ ਦੇ ਸਰਦਾਰ ਜੀ ਨਾਲ ਸਾਡੇ ਸਰਪੰਚ ਸਾਹਿਬ ਨਾਲ ਪੰਚ ਸਾਹਿਬ ਵੀ ਪਹੁੰਚੇ ਨੇ ਐਨ ਕਰਾਈਆਂ ਕਰਾਈਆਂ ਨੇ ਲੈ ਜੀ ਅੱਜ ਹਰਦੀਪ ਸਿੰਘ ਜੀ ਚੀਮਾ ਉਹਨਾਂ ਦੇ ਨਾਲ ਕਹਿੰਦੇ ਸਾਰੀ ਮੈਂਬਰ ਪੰਚਾਇਤ ਅੱਜ ਖਿਡਾਰੀ ਨੂੰ ਆਸ਼ੀਰਵਾਦ ਦੇਣ ਲਈ ਗਰਾਊਂਡ ਦੇ ਵਿੱਚ ਪਹੁੰਚੇ ਆ। ਅੱਜ ਜੱਸੀਆਂ ਦਾ ਖੇਡ ਮੇਲਾ ਵੱਡਾ ਮੇਲਾ ਕਰਾਇਆ ਤੇ ਦੀਪਕ ਪ੍ਰਮੋਟਰ ਮੇਰਾ ਯਾਰ ਉਹਨਾਂ ਵੱਲੋਂ ਵੱਡਾ ਮੇਲਾ ਕਰਾਇਆ ਕਿ ਸੋਹਣੇ ਦੇਸ਼ ਪੰਜਾਬ ਤੋਂ ਮੈਂ ਸੱਦ ਕੇ ਜਾਵਾਂ ਮੈਂ ਸੱਦ ਕੇ ਜਾਵਾਂ ਇੱਧਰ ਕਹਿੰਦੇ ਮੁੰਡੇ ਦੀ ਭਾਸ਼ਾ ਤੌਰ ਤੇ ਛੱਡਾ ਸ਼ਾਟ ਇਹਨਾਂ ਨੇ ਯਕੀਨਨ ਤੌਰ ਤੇ 6 ਰਨ ਹੋਣਗੇ ਤੇ ਇੱਧਰ ਕਹਿੰਦੇ ਬਹੁਤ ਹੀ ਵੱਡਾ ਧੰਨਵਾਦ ਆ ਬਾਬਾ ਜੀਤਪਾਲ ਜੀ ਦਾ ਜਗਰਾਜ ਸਿੰਘ ਜੀ ਦਾ ਜਿਆਦੀ ਚਾਹਲ ਜੀ ਦਾ ਪਿੱਕੀ ਕਰਨ ਵਾਲ ਜੀ ਦਾ ਪਿੱਕੀ ਜਿਆਦੀ ਇਹਦੇ ਬਾਰੇ ਜੱਸੀਆਂ ਪਿੰਡ ਦੀ ਯੂਥ ਕ੍ਰਿਕਟ ਜ ਕਲੱਬ ਆ ਜਿਹੜਾ ਜੱਸੀਆਂ ਪਿੰਡ ਦੇ ਯੂਥ ਕ੍ਰਿਕਟ ਕਲੱਬ ਵੱਲੋਂ ਇਹ ਜਿਹੜੇ ਨੌਜਵਾਨ ਮੁੰਡੇ ਆ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਆ। ਸਾਰਿਆਂ ਨੇ ਰਲ ਮਿਲ ਕੇ ਇੱਥੇ ਜਿੱਦਾਂ ਹੀ ਆਪਣੇ ਕਰੋਨਾ ਦਾ ਸੰਬੰਧ 'ਚ ਗੌਰਮੈਂਟ ਨੇ ਜਿਹੜੀ ਢਿੱਲ ਦਿੱਤੀ ਉਸ ਤੋਂ ਬਾਅਦ ਇਹਨਾਂ ਨੇ ਰੈ ਕਰਕੇ ਇਹ ਕ੍ਰਿਕਟ ਟੂਰਨਾਮੈਂਟ ਜਿਹੜਾ ਇੱਥੇ ਅਰੇਂਜ ਕਰਵਾਇਆ ਹੈ। ਉਹਦੇ ਵਿੱਚ ਇਹਨਾਂ ਨੇ ਕੱਲ੍ਹ ਮਿਤੀ 9 ਤਰੀਕ ਨੂੰ 24 ਟੀਮਾਂ ਖੇਡੀਆਂ। 24 ਟੀਮਾਂ ਦੇ ਵਿੱਚੋਂ 6 ਟੀਮਾਂ ਜਿੱਤੀਆਂ। ਅੱਜ ਮਿਤੀ 10 ਤਰੀਕ ਨੂੰ 24 ਟੀਮਾਂ ਖੇਡ ਰਹੀਆਂ, 24 ਚੋਂ 6 ਜਿੱਤਣਗੀਆਂ। ਜਿਹੜੀਆਂ ਦੋਨੋਂ ਮਿਤੀ 9 ਅਤੇ 10 ਨੂੰ ਜਿਹੜੀਆਂ 6-6 ਟੀਮਾਂ ਖੇਡ ਰਹੀਆਂ ਅਤੇ ਖੇਡ ਤੋਂ ਜਿੱਤ ਕੇ ਉਸ ਤੋਂ ਬਾਅਦ ਇਹ ਕੱਲ੍ਹ ਮਿਤੀ 11 ਤਰੀਕ ਨੂੰ ਇਹਨਾਂ ਦਾ 12 ਟੀਮਾਂ ਦਾ ਆਪੇ ਦੇ ਵਿੱਚ ਫਾਈਨਲ ਦਾ ਮੁਕਾਬਲਾ ਹੋਊਗਾ। ਉਹਦੇ ਲਈ ਇਹਨਾਂ ਮੁੰਡਿਆਂ ਨੇ ਵਿੱਚ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ ਆਸੇ ਪਾਸੇ ਜਿੰਨੇ ਪਤਵੰਤੇ ਸੱਜਣ ਆ ਉਹਨਾਂ ਦੀ ਹੈਲਪ ਦੇ ਨਾਲ ਇਹਨਾਂ ਨੇ ਇਹ ਜਿਹੜਾ ਪਹਿਲਾ ਨਾਮ ਆ ਉਹ 21,000 ਰੁਪਈਆ, ਜਿਹੜੀ ਪਹਿਲੇ ਨੰਬਰ 'ਤੇ ਟੀਮ ਰਹੂ ਦੂਸਰੇ ਨੰਬਰ ਵਾਲੀ ਟੀਮ ਨੂੰ 11,000, ਤੀਸਰੇ ਨੰਬਰ ਅਤੇ ਚੌਥੇ ਨੰਬਰ ਵਾਲੀ ਨੂੰ 11,100 ਰੁਪਈਆ ਟੀਮ ਜਿਹੜਾ ਟੀਮ ਨੂੰ ਜਿੱਤੀ ਹੋਈ ਟੀਮ ਨੂੰ ਇਨਾਮ ਜਿਹੜਾ ਇਹ ਦਿੱਤਾ ਜਾਊਗਾ। ਨਹੀਂ ਜੀ ਇਹ ਹਲੇ ਇਹਨਾਂ ਦੇ ਸਹਿਯੋਗ ਦੇ ਨਾਲ ਪਿੰਡ ਵਾਲਿਆਂ ਦੇ ਪਹਿਲਾ ਟੂਰਨਾਮੈਂਟ ਕਰਾਇਆ ਜਾ ਰਿਹਾ। ਵੈਸੇ ਜਿਹੜੇ ਸਾਡੇ ਪਿੰਡ ਦੇ ਨੌਜਵਾਨ ਆ ਇਹ ਆਪੇ ਦੇ ਵਿੱਚ ਇਹਨਾਂ ਦਾ ਮੈਚ ਤਕਰੀਬਨ ਹਰ ਸੰਡੇ ਇੱਥੇ ਛੋਟੇ ਮੋਟਾ ਜਿਹੜਾ ਇਹ
मैच इन्हां दे चलते रहिंदे आ दो दो चार चार टीमां दे हर संडे वाले दिन। नहीं जी, ये सारा आप पिंड वालों के सहयोग ना, जिन्हें नौजवान खिडारी ने उन्होंने सहयोग ना, जां जिन्हें साढ़े पिंड दे NRI सज्जन वीर भरा ने उन्होंने सारे के सहयोग के नाल ये जिहड़ा इनाम आ जिहड़ी जिहड़ी राशि है तकसीम की जाऊगी। नहीं जी, ये कला जस्सियां पिंड वालों सहयोग किया जा रहा है। वो बारे यही कहना चाहते, नौजवान जिहड़े खिडारी ने उन्हां नूं ये अपील करनी चाहुंदा, ये ते सरकार नूं भी अपील करनी चाहुंदा, इन्हां दा वध तों वध जिहड़े अपने क्लब ने उन्हां दी उन्हां नूं हल्लाशेरी दिती जावे, उन्हां नूं सहयोग दिता जावे, तां जो जिहड़े साडे नौजवान जां अगली पीढ़ी है वह नशियां तों दूर रह सके अते उन्हां दा ध्यान क्रिकेट वाले पासे जां खेडां वाले पासे ऐटोमैटिकली आकर्षित होना शुरू हो जाए। देखो मेरा नाम पहले दीपक शर्मा जी, मैं सिर्फ यही कहना चाहता जी, जिनी अपनी यूथ हैगी है अजकल के जो मुंडे आ नशा तो दूर रहन और खेड वाल ज़्यादा परिवर्तित हो, इस करके अं टूरनामेंट करवा रहे हैं, जिन्हें भी लड़के आ अपनी यंग एज वाले आ सारे मतलब खेड वाल जान नशे तो दूर रहन, इस करके असं टूरनामेंट करवा रहे हैं, आने साल फिर करवावे टूरनामेंट जी जी सर जी। देखो सर, जिन्हिया भी इतने टीम आई वा बहुत वधिया खेलिया वा, तो बो मैं यही चाहना कि अगर जिन्हें भी टीम वो होर ज़्यादा वधिया खेलन, बस ये है कि वो तो वह मतलब अपने जिन्हें भी हम खेल वाल जान परिवर्तन का इस चीज़ में चाह रहे। पंजाब के हरेक जिले चो टीम आई है जी, जगराओं तो कह दिए, आप जलंधर तो कह दिए जी, तमूर दसूआ बहुत दूर तो टीम आई ने, तो मैं सारी टीम का धन्यवाद करता जितों इतों आईया ने, तो आने वाले समय से चाहे टूरनामेंट इस तो भी वधिया करावे, तो मैं कहना जितों जिनी दूर हो उस तो बेस्ट आने खाण पीन और सारा ही प्रबंध किया हुआ टीम का, और मतलब किसी भी चीज़ की कमी नहीं आ दी, लाइव भी करवाया जी, जिस मतलब आल मतलब वर्ल्ड के जिन्हें भी टीम अपने फेसबुक लाइव तो देख सकती है टूरनामेंट साडा, और दूसरा है कि असी कमेंटर सारे मतलब रेडी बहुत अच्छे बुलाए हुए जी, कि मतलब किसी भी टीम में कोई चीज़ की प्रॉब्लम नहीं आई, मतलब पानी तो लैके खाने में तो कोई कम। सानू बहुत बहुत खुशी हुई है जी, अज साडे पिंड विच पहला क्रिकेट टूरनामेंट हो रहा साडे भाई साहब के सहयोग नाल, ते इन्होंने ही सानू साडी मतलब विच रह लई आ भी चलो आपां पिंड विच इक वधिया उपराला कीता है टूरनामेंट का, असी अगे भी आउंदे साल भी वधिया उपराले करांगे जी, इन्हां दे सहयोग नाल पिंड दे विच टूरनामेंट करावांगे दुबारे, तां जो साडे पिंड दे मुंडे नशियां तो रहत हो सकन, ते क्रिकेट दे विच ज़्यादा उत्साह इन्हां नूं करावांगे, जां कबड्डी कप दे टूरनामेंट भी करावांगे आउण वाले समें दे विच। बाकी जिन्नियां टीमां आईयां ने साडियां टीमां दे विच जिन्ने भी मुंडे वधिया वधिया खिडारी आए ने, उन्होंने उच्चे लैवल दे उत्ते खेडे हुए ने जी, विच खिडारी साडे ने ते बाहरले देशां विच भी खेड के आए हुए ने, जिन्नियां टीमां दे विच हर टीम दे विच दो दो खिडारी साढ़े तीन तीन चार चार पाँच पाँच खिलाड़ी जिन्ने भी ने बाहर बाहरलियां टीमां दे नाल खेड के आए हुए ने, ते मैं इन्हां दा धन्नवाद करदा हाँ साढ़े पिंड विच आउण दा, सारियां टीमां दा धन्नवाद करदा हाँ। पहली गल तो यही है जी, जस्सियां पिंड दे विच टूरनामेंट लुधियाने की धरती है, इत्थे बहुत वधिया टूरनामेंट कराया जा रहा, बाकी पंजाब सरकार दा धन्नवाद है जिन्हां ने हुण लॉकडाउन दे विच छूट दित्ती आ, बाकी दूजे पासे गल करिए तां टोकियो ओलंपिक दी तैयारियां हो रही ने, तो क्रिकेट भी आने वाले समय के टोकियो ओलंपिक के हो सकता अगले समय के जी ओलंपिक जाएगी, सानू यही उम्मीद है पंजाब सरकार तो, जिहड़ियां टीमां दूरों दूरों आईयां ने जिवें हुण अज्ज दे खिलाड़ी खेड रहे हैं, ये बड़ी दूरों दूरों आए हैं, किसी खिलाड़ी ने मोटरसाइकिल जितया, किसी ने वाशिंग मशीन दी है, किसी ने कुछ दिता, किसी ने कुछ, कई खिलाड़ी विदेशों की धरती भी खेड के आए हैं, जिवें हुण मुकाबला चल रहा देखांगे आपां, इहदे मुंडा इक हैगा वो साउथ अफ्रीका भी खेड के आया। बाकी गल्लां करिए जी, असी यही मंग करते हैं सरकार तो कि आने वाले समय के यह जे क्रिकेट टूरनामेंट इन्हों प्रमोट करना चाहिए, और सरकार वालों सानू एक ही मंग आ कि आने वाले समय के पंजाब दे विच जिन्ने भी खेड मेले होंगे ने, चाहे वह क्रिकेट का संबंध ने, चाहे वह वॉलीबॉल ना, फुटबॉल ना, चाहे वह कबड्डी ना, उन्होंने सरकार को जरूर दखल देनी चाहिए।